सतनाम श्री वाहिगुरु साहेब जीओ घर दूजा दोए दोए लोचन पेखा अब बेकाल कहना जाई हमरा परम गया पो पागा जब राम नाम चित लागा दोए दोए लोचन पेखा ਜਿਹੜੇ ਗੁਰਮੁਖ ਭਗਤ ਨੇ ਕਹਿ
ਜਿਹੜਾ ਜਿਹੜਾ ਕੋਈ ਸਰਕਾਰ ਦੇ ਵਿੱਚ ਸਮਾਇਆ ਹੋਵੇ ਰਚਿਆ ਹੋਵੇ, ਅਸੀਂ ਤੇ ਇਹਨਾਂ ਨੇਤਰਾਂ ਦੇ ਨਾਲ ਉਹਨੂੰ ਦੇਖਦੇ ਹਾਂ ਜੋ ਸਾਰਿਆਂ ਥਾਵਾਂ 'ਤੇ ਸੁਭਾਵਾਨ ਹੈ, ਜੋ ਸਾਰਿਆਂ ਥਾਵਾਂ 'ਤੇ ਮਿਲਿਆ। ਸਤਿਗੁਰ ਬਖਸ਼ਿਸ਼ ਕਰਦੇ ਕਹਿਣ ਲੱਗੇ ਕਿ ਅਸੀਂ ਤੇ ਭਾਈ ਉਸ ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਕਿਸੇ ਨੂੰ ਦੇਖਦੇ ਹੀ ਨਹੀਂ, ਸਾਰਿਆਂ ਨੂੰ ਉਹੀ ਸਮਾਇਆ ਹੋਇਆ ਦਿਖਾਈ ਦਿੰਦਾ। ਭਗਤ ਨਾਮਦੇਵ ਜੀਆਂ ਦੇ ਜੀਵਨ ਦੀ ਕਥਾ ਕਹਿਣ ਲੱਗੇ, ਇੱਕ ਦਿਨ ਭਗਤ ਨਾਮਦੇਵ ਜੀ ਭੋਜਨ ਬਣਾਉਂਦੇ ਪਏ, ਪ੍ਰਸ਼ਾਦਾ ਬਣਾਉਂਦੇ ਪਏ ਆਪਣੇ ਵਾਸਤੇ, ਆਟਾ ਗੁੰਨਿਆ ਤਿਆਰ ਕੀਤਾ, ਪ੍ਰਸ਼ਾਦਾ ਪਕਾਉਂਦੇ ਨੇ, ਪਕਾ ਕੇ ਵੀ ਕੋਲ ਕਿਸੇ ਭਾਂਡੇ ਵਿੱਚ ਛਿੱਕੂ ਦੇ ਵਿੱਚੋਂ ਪ੍ਰਸ਼ਾਦੇ ਰੱਖੀ ਜਾਂਦੇ, ਛਾਬੇ ਦੇ ਵਿੱਚ ਰੱਖੀ ਜਾਂਦੇ, ਹੱਥਾਂ ਦੇ ਨਾਲ ਕੰਮ ਕਰਦੇ ਪਏ ਭੋਜਨ ਬਣਾਉਂਦਾ, ਚਿੱਤਰੀ ਵਿੱਤੀ ਨਿਰੰਕਾਰ ਦੇ ਨਾਲ ਜੁੜੀ ਹੋਈ ਹੈ, ਅੰਦਰੋਂ ਸਿਮਰਨ ਚੱਲਦਾ ਪਿਆ, ਮੌਜ ਵਿੱਚ ਲੱਗੇ ਹੋਏ, ਆਸੇ ਪਾਸੇ ਦਾ ਧਿਆਨ ਨਹੀਂ ਹੈ। ਇਹਨੇ ਜਦੋਂ ਕਹਿਣ ਲੱਗੇ ਉੱਪਰ ਆ ਗਿਆ, ਜਿਹਨੇ ਪ੍ਰਸ਼ਾਦੇ ਉਠਾਏ ਸਨ ਸਵੇਰ ਦੀ ਉਹ ਛਾਬੇ ਨੂੰ ਚੱਕ ਕੇ ਤੇ ਦੌੜ ਪਿਆ ਮੂੰਹ ਦੇ ਵਿੱਚ ਪਾ ਕੇ। ਜਦੋਂ ਕੁੱਤਾ ਦੌੜਿਆ ਤੇ ਭਗਤ ਨਾਮਦੇਵ ਜੀ ਦੀ ਨਿਗਾਹ ਪੈ ਗਿਆ, ਧਿਆਨ ਵਿੱਚ ਪੈ ਗਿਆ ਕਿ ਇਹ ਕੁੱਤਾ ਭੋਜਨ ਲੈ ਕੇ ਦੌੜਿਆ। ਮਨ ਵਿੱਚ ਇਹ ਗੁੱਸਾ ਨਹੀਂ ਆਇਆ ਵੀ ਮੈਂ ਇੰਨੀ ਮਿਹਨਤ ਨਾਲ ਪ੍ਰਸ਼ਾਦਾ ਬਣਾਇਆ ਤੇ ਮੇਰਾ ਪ੍ਰਸ਼ਾਦਾ ਚੁੱਕ ਕੇ ਇਹ ਲੈ ਚੱਲਿਆ, ਨਹੀਂ। ਮਨ ਵਿੱਚ ਇਹ ਵਿਚਾਰ ਆਈ ਹੈ ਕਿ ਇਹ ਵੀ ਰੱਬ ਦਾ ਜੀਵ ਵਸਿਆ ਤੇ ਇਹਦੇ ਵਿੱਚ ਵੀ ਪਰਮਾਤਮਾ ਹੈ, ਜੇ ਪਰਮਾਤਮਾ ਇਹਦੇ ਵਿੱਚ ਵਸਿਆ ਤੇ ਇਹ ਵੀ ਰੁਕਾ ਭੋਜਨ ਖਾਏਗਾ, ਮੈਂ ਤੇ ਚੁੱਕਣਗੇ ਪ੍ਰਸ਼ਾਦੇ ਛਕਣੇ ਸਨ, ਇਹ ਬਿਨਾਂ ਚੁੱਕਣ ਤੋਂ ਬਿਨਾਂ ਝੋਲ ਤੋਂ ਛਕੇਗਾ, ਹੈ ਤੇ ਇਹ ਵੀ ਰੱਬ ਦਾ ਜੀਵ ਵਸਿਆ ਤੇ ਇਹਦੇ ਵਿੱਚ ਵੀ ਪਰਮਾਤਮਾ। ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਕੁੱਤੇ ਵਿੱਚੋਂ ਵੀ ਰੱਬ ਦਿਸਿਆ, ਜਿਹੜੇ ਨਹੀਂ ਵੇਖਣਾ ਚਾਹੁੰਦੇ ਚੰਦੂ ਵਰਗੇ ਉਹਨਾਂ ਨੂੰ ਰੱਬ ਵਿੱਚੋਂ ਵੀ ਰੱਬ ਦਿਸਿਆ ਨਹੀਂ, ਇਹ ਸੋਚ ਦੀ ਫਰਕ ਹੈ। ਮਹਾਰਾਜ ਕਹਿਣ ਲੱਗੇ ਭਾਈ ਵਜਨ ਇਹ ਹੈ ਗੁਰਮੁਖੋ ਕਿ ਜਿਹੜੇ ਗੁਰਮੁਖ ਨੇ ਨਾਮ ਦੇ ਰਸੀਏ ਉਹਨਾਂ ਨੇ ਤੇ ਕੁੱਕਰ ਨੂੰ ਆਖਿਆ, ਕਹਿਣ ਲੱਗੇ ਸੁੱਕੀ ਰੋਟੀ ਨਾ ਖਾਈ, ਆ ਮੇਰੇ ਕੋਲ ਮੱਖਣ ਹੈ ਮੈਂ ਤੇ ਰੋਟੀ ਚੁੱਪੜ ਦੇਵਾਂ ਫਿਰ ਖਾ। ਸਤਿਗੁਰਾਂ ਨੇ ਪੁੱਛਿਆ ਕਿਉਂ ਰਿਸ਼ਵਤ ਉੱਤੇ ਮਾਰੀ ਦਾ ਪਾਣੀ ਕਿਉਂ ਪਿਲਾਉਂਦੇ, ਕਹਿਣ ਲੱਗਾ ਮਹਾਰਾਜ ਨਾ ਕੋ ਬੈਰੀ ਨਹੀਂ ਬਗਾਨਾ ਸਰਲ ਸੰਗ ਹਮ ਕੋ ਬਣੇ ਆਏ, ਮੈਨੂੰ ਤੇ ਬੈਰੀ ਦਿਸਿਆ ਹੀ ਇਹਦੇ ਵੱਲ ਦੇਖਦਾ, ਮੈਨੂੰ ਤੇ ਤੁਹਾਡਾ ਦੁਰਾਮੀ ਚਿਹਰਾ ਦਿਖਾਈ ਦਿੰਦਾ। ਇਹ ਉਹਨਾਂ ਭਗਤਾਂ ਗੁਰਮੁਖਾਂ ਦੇ ਗੁਰਸਿੱਖਾਂ ਦੇ ਜੀਵਨ ਦੀਆਂ ਗੁਰਮੁਖੋ ਕਥਾ ਕਹਾਣੀਆਂ ਜਿਹਨਾਂ ਨੇ ਜੀਵਨ ਘੁਮਾਇਆ। ਘੱਟ ਘੱਟ ਮੈਂ ਹਰ ਜੂ ਬਸਾ ਸੰਤਨ ਕਹਿਓ, ਪਰਮਾਤਮਾ ਹਰੇਕ ਕੰਨ ਵਿੱਚ ਬੈਠਿਆ ਹੈ ਕਿ ਸਾਧੂਆਂ ਨੇ ਡਿੱਠਾ ਹੈ, ਜਿਹਨਾਂ ਨੇ ਡਿੱਠਾ ਹੈ ਉਹਨਾਂ ਨੇ ਦੁਨੀਆਂ ਨੂੰ ਪੁਕਾਰ ਕੇ ਦੱਸਿਆ, ਦੁਨੀਆਂ ਦੇ ਲੋਕੋ ਉਹ ਪਰਮਾਤਮਾ ਸਾਰੇ ਥਾਵਾਂ 'ਤੇ ਸਮਾਇਆ ਹੋਇਆ ਬੈਠਾ ਹੋਇਆ, ਜਿਹਨੂੰ ਤੁਸੀਂ ਜੰਗਲਾਂ ਵਿੱਚ ਲੱਭਦੇ ਪਏ ਲੱਸੀ ਨਾਲ ਪੁਕਿਆਲੀ ਹੈ ਉਹਦੇ ਹਿਰਦੇ ਵਿੱਚ ਵਸਿਆ ਹੋਇਆ। ਕਹਿਣ ਲੱਗੇ ਭਾਈ ਅਸੀਂ ਉਸ ਪਰਮਾਤਮਾ ਬਿਨਾਂ ਹੋਰ ਕਿਸੇ ਨੂੰ ਵੇਖਦੇ ਹੀ ਨਹੀਂ, ਸਾਨੂੰ ਸਾਰਿਆਂ ਨਾਮਾਂ 'ਚ ਉਹੀ ਨਜ਼ਰ ਆਉਂਦਾ ਹੈ, ਇਹ ਭਗਤਾਂ ਗੁਰਮੁਖਾਂ ਦੇ ਵਚਨ ਹਨ, ਸਾਰਿਆਂ ਵਿੱਚ ਉਹਨਾਂ ਨੇ ਰੱਬ ਨੂੰ ਜਾਣਿਆ ਹੈ। ਨੈਣ ਰਹਿ ਰੰਗ ਲਾਈ, ਦੁਨੀਆਂ ਦੇ ਜਿਹੜੇ ਲੋਕ ਨੇ ਸੰਸਾਰੀ ਲੋਕਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਸੰਸਾਰਿਕ ਪ੍ਰੇਮ ਨੂੰ ਲਾਉਂਦੀਆਂ ਨੇ, ਸੰਸਾਰ ਦੇ ਪ੍ਰੇਮ ਨੂੰ ਦੇਖਦੇ ਹਨ, ਦੁਨੀਆਂ ਦੀਆਂ ਅੱਖਾਂ ਦੇ ਵਿੱਚ ਸੰਸਾਰੀ ਪ੍ਰੇਮ ਹੈ, ਸੰਸਾਰੀ ਮੋਹ ਹੈ, ਆਪਣੇ ਨੂੰ ਵੇਖਣ ਵਾਸਤੇ ਤਰਸਦੇ ਰਹਿੰਦੇ, ਦੂਜਾ ਭਾਵੇਂ ਕੋਲ ਬੈਠਾ ਉਹਦੇ ਨਾਲ ਨਫ਼ਰਤ ਹੈ, ਇਹ ਸੰਸਾਰੀ ਹੱਥ ਹੈ, ਆਪਣਾ ਮਿਲੇ ਭਾਵੇਂ ਉਹ ਕਿੰਨੇ ਸਾਲਾਂ ਬਾਅਦ ਮਿਲੇ ਉਹਨੂੰ ਵੇਖ ਕੇ ਰੋ ਪੈਣਾ, ਜਾਂ ਉਹ ਚੱਲਿਆ ਕਿੰਨੇ ਸਾਲਾਂ ਬਾਅਦ ਮਿਲੇਗਾ ਉਹਨੂੰ ਵੇਖਦੇ ਰਹਿਣਾ ਦਰਦੇ, ਇਹ ਸੰਸਾਰੀ ਅੱਖਾਂ। ਕਹਿਣ ਲੱਗੇ ਦੁਨੀਆਂ ਦੇ ਲੋਕ ਸੰਸਾਰ ਦੇ ਪ੍ਰੇਮ ਦੇ ਵਿੱਚ ਸੰਸਾਰ ਦੇ ਸੁਖ ਦੇ ਵਿੱਚ ਲੱਗੇ ਹੋਏ, ਆਪਣੇ ਨੇਤਰਾਂ ਦੇ ਨਾਲ ਉਹਨਾਂ ਨੂੰ ਦੇਖਦੇ ਨੇ, ਵਿਰਤੀ ਬਣ ਜਾਂਦੀ, ਧਿਆਨ ਬਣ ਜਾਂਦਾ, ਸੰਸਾਰੀ ਲੋਕ ਸੰਸਾਰੀ ਜੀਵਾਂ ਨੂੰ ਵੇਖ ਕੇ ਉਹਨਾਂ ਨੂੰ ਅਨੁਭਵ ਕਰ
ਦੇ ਵਿਛੋੜੇ ਵਿੱਚ ਰਹਿ ਜਾਂਦੇ, ਉਹਨਾਂ ਦੇ ਮਿਲਾਪ ਫਿਰ ਵੱਧ ਜਾਂਦੇ। ਭਗਤ ਪੂਰਨ ਹੋਇਆ ਦੁਨੀਆਂ ਵਿੱਚ ਸੰਸਾਰ ਵਿੱਚ ਬੜਾ ਪ੍ਰਸਿੱਧ ਵਿਅਕਤੀ ਹੋਇਆ, ਪਰ ਕਹਿਣ ਲੱਗੇ ਮਾਂ ਦਾ ਪਿਆਰ ਇੰਨਾ ਭਗਤ ਪੂਰਨ ਦੇ ਨਾਲ, ਜਦੋਂ ਪੂਰਨ ਦੀ ਛੱਡ ਕੇ ਚਲੇ ਗਏ ਆਪਣੀ ਮਾਂ ਨੂੰ ਦੇਰ ਨਹੀਂ ਹੋ ਗਈ, ਉਹਦੀ ਇੱਛਾ ਹੀ ਖਤਮ ਹੋ ਗਈ ਕਿ ਪੁੱਤਰ ਚਲਾ ਗਿਆ ਹੁਣ ਮੈਂ ਕਿਹਨੂੰ ਵੇਖਣਾ ਹੈ, ਅੰਨੀ ਹੋ ਗਈ ਸੰਸਾਰ ਦੇ ਵਿੱਚ। ਕਹਿ ਲੈਂਦੇ ਭਾਈ ਸੰਸਾਰੀ ਜੀਵਾਂ ਦੀ ਇਹ ਹਾਲਤ ਹੈ, ਆਪਣੇ ਨੂੰ ਵੇਖਣ ਵਾਸਤੇ ਤੜਪ ਹੈ, ਆਪਣਾ ਚਲੇ ਗਿਆ ਤੇ ਵੇਖਣ ਦੀ ਇੱਛਾ ਖਤਮ ਹੋ ਗਈ ਹੈ। ਅੱਛਾ, ਕਹਿਣ ਲੱਗੇ ਸੰਸਾਰੀ ਲੋਕ ਐਸੇ ਹੈ ਕਿ ਇਹਨਾਂ ਅੱਖਾਂ ਦੇ ਨਾਲ ਆਪਣਾ ਵੇਖਣਾ ਚਾਹੁੰਦੇ, ਉਹਦੇ ਨਾਲ ਹੀ ਪ੍ਰੇਮ ਕਰਨਾ ਚਾਹੁੰਦੇ ਹਨ। ਆਪੇ ਗੱਲ ਕਹਿ ਨਾ ਜਾਈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪ ਬੇਗਲ ਕਹਿ ਨਾ ਜਾਈ। ਗੁਰੂ ਕੋ ਬਚਨ ਇਹ ਹੈ ਕਿ ਸੰਸਾਰੀ ਗੱਲਾਂ ਉਹਨਾਂ ਦੇ ਕੋਲ ਬਣੀਆਂ ਨੇ ਸੰਸਾਰੀ ਲੋਕਾਂ ਦੇ, ਪਰ ਨਾਮ ਦੀ ਗੱਲ ਉਹਨਾਂ ਦੇ ਕੋਲ ਨਹੀਂ ਹੈ। ਜਿਹੜੇ ਲੋਕ ਅੱਖਾਂ ਨਾਲ ਦੁਨੀਆਂ ਦੇਖਦੇ ਨੇ ਉਹਨਾਂ ਕੋਲ ਬੈਠੋਗੇ, ਉਹ ਤੁਹਾਨੂੰ ਦੁਨੀਆਂ ਦੀਆਂ ਤੇ ਬੜੀਆਂ ਗੱਲਾਂ ਸੁਣਾ ਦੇਣ, ਕੱਲ ਇਹ ਹੋਇਆ, ਪਿਛਲੇ ਸਾਲ ਇਹ ਹੋਇਆ, ਫਲਾਣੇ ਦੇਸ਼ ਵਿੱਚ ਇਹ ਹੋਇਆ, ਫਲਾਣੇ ਵਿਅਕਤੀ ਦੇ ਨਾਲ ਇਹ ਹੋਇਆ, ਦੁਨੀਆਂ ਦੀਆਂ ਗੱਲਾਂ ਦੇ ਜਿਹੜੀਆਂ ਮਰਜ਼ੀ ਸੁਣ ਲਓ। ਪਰ ਜੇ ਤੁਸੀਂ ਇਹ ਗੱਲ ਕਹੋ ਨਾ ਵੀ ਨਾਮ ਦੀ ਗੱਲ ਕਹਿਣ ਲੱਗੇ, ਉਹ ਨਹੀਂ ਹੁੰਦੀ, ਉਹ ਸਾਨੂੰ ਪਤਾ ਹੀ ਵੀ ਨਾਮ ਕੀ ਹੁੰਦਾ। ਪੂਰੀ ਦੁਨੀਆਂ ਦੀ ਜਾਣਕਾਰੀ ਹੈ ਇੱਥੇ ਕੀ ਹੋ ਰਿਹਾ, ਪਰ ਨਾਮ ਕੀ ਹੈ, ਬਾਣੀ ਕੀ ਹੈ, ਸੰਬੰਧ ਕੀ ਹੈ, ਉਹਦੇ ਬਾਰੇ ਪੁੱਛੋ, ਕਹਿਣ ਲੱਗੇ ਪਤਾ ਹੀ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆ ਬੇਗਲ ਕਹਿਣ ਨਾ ਜਾਈ, ਐਸੇ ਲੋਕਾਂ ਕੋਲੋਂ ਸੰਸਾਰ ਦੀਆਂ ਗੱਲਾਂ ਹੁੰਦੀਆਂ, ਪਰ ਐਸੇ ਲੋਕਾਂ ਦੇ ਕੋਲ ਨਾਮ ਦੀ ਗੱਲ ਦੀ, ਨਾਮ ਦੀ ਗੱਲ ਤੋਂ ਰਹਿਤ ਨੇ, ਰੱਬ ਦੀ ਗੱਲ ਤੋਂ ਰਹਿਤ ਨੇ। ਦੁਨੀਆਂ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਪੁੱਛ ਲਓ ਸੁਣ ਲਓ, ਐਸੀਆਂ ਗੱਲਾਂ ਦੇ ਉਹ ਅਖੀਨੇ ਮਾਲਕ ਨੇ। ਫਿਰ ਇਹ ਜਿਹੜਾ ਸ਼ਬਦ ਹੈ ਮਹਾਰਾਜ ਜੀ ਸ਼ੁਰੂ ਤੋਂ ਸਾਨੂੰ ਬਖਸ਼ਿਸ਼ ਕਰਦੇ ਹਨ। ਸਾਰੇ
साई भरी कार मैं किसी का काम बिगाड़ा ही नहीं, तैनू जो भोला तू वो कर, क्योंकि जे मैं करांगा किसी का काम बिगाड़न वास्ते यतन ओदा फल मैनू दुख रूप हो के मिलेगा। इस करके उन्हां गुरमुखां दे कोल गुरमुख नूं ज्ञान दा निंदा दिंदा है, ज्ञान दी समझ आ जाती है, वो फिर किसी के यतन के नाल किसी का काम बिगाड़ते नहीं, किसी को दुख नहीं देते, क्योंकि उन्होंने बिरती बन जाती है, ऐह कर करे सो ऐह कर पाए, कोए ना पकड़ी है किसी थाए, उन्होंने समझ आ गई है जिस तरह का कर्म मैं कराँगा उन्हों का फल भी मैनू मिलेगा। बहुत परपंच कर पर धन लियावे, सुधदारा पै आन लटावे, मन मेरे भूले कपट ना कीजे, अंत नबेरा तेरे जी पै नीजे। ये गुरमुखा नूं ज्ञान मिलिया कि जे मैं परिवार वास्ते जां संसार वास्ते पाप करांगा उहदा नबेड़ा मेरे कोलों लिया जाए, उहदा हिसाब किताब मेरे तो मंगिया जाता, क्योंकि पाप कर्म मैं कीता, किहदे वास्ते कीता इह गल मायना नहीं रखदी, किहने कीता इह पुछिया जाए। ये कह लगे फिर सजा उन्हों मिलेगी। बहुत परपंच कर, परपंच संसार दे विच परपंच कहीए झूठ बोल के प्रेम करके दगा करके धोखा करके पर धन लियावे, अपनी दसा नौवां की किरत नहीं पराए का धन किवें चुराउणा ये बड़ी मेहनत करदा, अपनी कमाई किवें करनी है इहदा नहीं गया, दूजे का ठगी किवें पारनी है बड़ी सोझी है बड़ी चलाकी है, पराए धन नूं लुटण वास्ते बड़ा ज्ञान इकट्ठा करी बैठा है, पर ये बचन भुल गया। पर धन लियावे सुखदारा पै आन लटावे, परिवार के सामने लिया के धन का ढेर लाया है, मैं कमा के लाया, वरतो जिनी वरती जाती है, मन मेरे भूले है मेरिया भूलिया मना कट ना कीजै, किसी नाल शब ना कर, क्योंकि अंत नबेड़ा तेरे जी पै दीजै, नबेड़ा तेरी आत्मा को लिया जाना धर्मराज की बेचारी। ये गुरमुखां दे कोल ज्ञान का नेत्र आ जाता समझ आ जाती है, फिर वह पाप कर्म करते ही नहीं, पाप कर्म तो परे हो जाते, ऐसी उन्होंने अवस्था बन जाती, ऐसे हो गुरु बन जाते, महाराज फिर बख्शिश करते हैं। दोए दोए लोचन पेखा लगे इन्हां दो नेत्रां दे पिछे गुरु को दो नेत्र होर ने, एक है स्मृति एक है सिमरति, ये दो नेत्र ने। सिमरति क्या करता है ग्रंथ नूं, सिमरति क्या करता है स्मरण नूं, सिमरति क्या करता है जो धार्मिक ग्रंथां दा ज्ञान है, सताई सिमरतियां ने। कह लगे एक उन्होंने को सिमरतियां रूपी अक है कि किहड़ा कर्म करना है, ये धार्मिक ग्रंथ का ज्ञान उन्होंने को, दूजा उन्होंने को नेत्र है सुरती का, सुरती कहते गुरु को ध्यान का, जो ग्रंथ सुनते पै कथा सुनते पै पाठ सुनते पै कीर्तन सुनते पै, उन्होंने अपने ध्यान को घुमाया हुआ, कीर्तन होंदया पाठ होंदया कथा होंदया मन डोलता ही नहीं, मन भजदा ही नहीं, मन जुड़िया हुआ, ये उन्होंने कोल नेत्र है गुरमुखा के कोल, सुखी तो भाव जुड़ना मन टिकाउणा, मन का ध्यान जिहड़ा जुड़ जाना। कबीर साहब जी कह लगे भाई एक तो साडे कोल ये हक है जो साडा मन टिकिया होया है, दूजे साडे कोल हक ये है जो धार्मिक ग्रंथा का ज्ञान साडे कोल, जिन्हां दे उपर कृपा हो जाती है गुरमुख जिहड़े नाम नूं जपदे सवास सवास, उन्हां नूं साडे वांग ग्रंथ नहीं पढ़ना पैंदा, एक वकील वकीलगी करदा केस लड़दा, पर पढ़ाई करन तों बाद विच गल होंदी नहीं है, रोज़ उन्हूं कानून की किताब पढ़नी पैंदी है, रोज़ धारा का ज्ञान, रोज़ कि धारा लगी है इहनूं किवें तोड़िया जा सकदा किवें बचाया जा सकदा, रोज़ दी रोज़ उह पढ़ाई करदा है, भावें कि उहदे कोल इक डिग्री है पास हो चुकिया है, पर रोज़ उहनूं तजर्बा चाहीदा, रोज़ उहनूं ज्ञान चाहीदा, रोज़ उहनूं पढ़ना पैंदा है तां कामयाबी है। एक डॉक्टर बन गया पढ़ गया डिग्री कोल आ गई है पर गल इत्थे खत्म नहीं हो गई है, रोज़ उहदा भी तजर्बा बनता पिया, रोज़ उहनूं भी ग्रंथ पढ़ना पैंदा ज्ञान पढ़ना पैंदा, रोज़ दी रोज़ सोझी वधदी है। दुनिया दे विच कोई भी कम कर लईए उहनूं रोज़ पढ़ना पवेगा, रोज़ उहनूं समझना पवेगा, पर जिहड़े गुरमुख ने ना नाम दे रसी नाम जपण वाले उन्होंने फिर ग्रंथ पढ़ने की लोड़ नहीं पैंदी, सारे ग्रंथ उन्होंने सामने अपने आप ही आए। धू नानक ने पातशाह महाराज जी विद्या पढ़ाने वास्ते पिता बाबा कल्याण चंद जी लैके गए पंडित दे कोल, कह लगे जी विद्या पढ़ाओ,
ਜਦੋਂ ਸਤਿਗੁਰੂ ਬੈਠੇ ਇਧਰੋਂ ਪੰਡਤ ਅੱਖਰ ਕੋਈ ਬੋਲਦਾ ਮਹਾਰਾਜ ਨਾਲ ਹੀ ਬੋਲਦਾ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਪੜ੍ਹਾਈ ਦੀ ਲੋੜ ਨਹੀਂ ਪੜ੍ਹਾਈ ਉਹ ਪੜ੍ਹਾ ਜਿਹੜੀ ਲੋਕ ਵਿੱਚ ਕੰਮ ਆਏ ਪੰਡਤ ਹੱਥ ਜੋੜ ਕੇ ਪਾਂਧਾ ਕਹਿਣ ਲੱਗਾ ਮਹਾਰਾਜ ਉਹ ਮੈਨੂੰ ਤੇ ਪੜ੍ਹਾਈ ਆਉਂਦੀ ਇਹਦੀ ਵੀ ਪਰਲੋਕ ਵਿੱਚ ਕਿਹੜੀ ਕੰਮ ਆਉਂਦੀ ਮੈਂ ਤੇ ਆ ਗ੍ਰੰਥ ਪੜ੍ਹਿਆ ਜਿਹੜਾ ਮੈਂ ਪੜ੍ਹਿਆ ਮੈਂ ਵੀ ਉਹ ਪੜ੍ਹਾ ਸਕਦਾ ਪਰ ਉਹ ਪਰਲੋਕ ਵਿੱਚ ਕੰਮ ਆਉਣ ਵਾਲੀ ਪੜ੍ਹਾਈ ਕਿਹੜੀ ਹੈ ਆਪ ਜੀ ਕਿਰਪਾ ਕਰਕੇ ਦੱਸੋ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਨਿੰਦਾ ਕਿਆ ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਮੇਰ ਪੈਠਾ ਇਹ ਬਾਣੀ ਬਖਸ਼ਿਸ਼ ਕਰਕੇ ਉਹਨੂੰ ਸੋਝੀ ਦਿੱਤੀ ਗਿਆਨ ਦਿੱਤਾ ਹੁਣ ਉਹ ਪਾਂਧਾ ਸ਼ਬਦਾ ਬਣ ਗਿਆ ਮਹਾਰਾਜ ਦਾ ਇੰਨੇ ਚਿਰ ਨੂੰ ਬਾਬਾ ਕਲਿਆਣ ਚੰਦ ਜੀ ਆ ਗਏ ਸਤਿਗੁਰਾਂ ਦੇ ਪਿਤਾ ਉਹਨਾਂ ਨੇ ਆ ਕੇ ਪੁੱਛਿਆ ਵੀ ਸਾਡਾ ਬੱਚਾ ਕਿੰਨਾ ਕੁ ਲਾਇਕ ਹੈ ਤੇ ਕਿੰਨਾ ਕੁ ਨਲਾਇਕ ਹੈ ਇਹ ਪੜ੍ਹਦਾ ਵੀ ਹੈ ਕਿ ਬੈਗ ਉੱਠ ਕੇ ਇੱਥੋਂ ਚਲੇ ਜਾਂਦਾ ਵੀ ਅਗਰ ਸਿੱਖਿਆ ਹੈ ਕਿ ਨਹੀਂ ਸਿੱਖਿਆ ਜਦੋਂ ਇਹ ਸਵਾਲ ਕੀਤਾ ਤੇ ਫਿਰ ਉਸ ਜੋਸ਼ੀ ਦੇ ਪਾਂਧੇ ਦੇ ਪੰਡਤ ਨੇ ਜਵਾਬ ਦਿੱਤਾ ਕਹਿਣ ਲੱਗੇ ਬਾਬਾ ਕਲਿਆਣ ਚੰਦ ਜੀ ਇਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ ਇਹ ਪੜ੍ਹਨ ਵਾਸਤੇ ਨਹੀਂ ਇਹ ਦੁਨੀਆਂ ਨੂੰ ਪੜ੍ਹਾਉਣ ਵਾਸਤੇ ਆਇਆ ਇਹਨਾਂ ਨੂੰ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਗ੍ਰੰਥ ਇਹਨਾਂ ਨੂੰ ਪਹਿਲਾਂ ਹੀ ਪੜ੍ਹੇ ਹੋਏ ਗ੍ਰੰਥ ਇਹਨਾਂ ਦੇ ਸਾਹਮਣੇ ਖਲੋਤੇ ਹੋ ਹੱਥ ਜੋੜ ਕੇ ਇਹ ਤੇ ਖੁਦ ਗ੍ਰੰਥਾਂ ਨੂੰ ਰਚਣ ਵਾਲੇ ਨੇ ਇਹਨਾਂ ਨੂੰ ਪੜ੍ਹਨ ਦੀ ਕੀ ਲੋੜ ਹੈ ਇਹ ਖੁਦ ਗਿਆਨੀ ਨੇ ਇਹਨਾਂ ਨੂੰ ਵਿਦਿਆ ਦੀ ਲੋੜ ਨਹੀਂ ਤੇ ਵਿਦਿਆ ਵੰਡਣ ਵਾਸਤੇ ਭਾਵ ਇਹ ਹੈ ਜਿਹੜੇ ਨਾਮ ਦੇ ਰਸੀਏ ਹੁੰਦੇ ਨਾ ਗੁਰੂ ਕੋਲ ਉਹਨਾਂ ਨੂੰ ਫਿਰ ਰੋਜ਼ ਕਿਤਾਬ ਨਹੀਂ ਪੜ੍ਹਨੀ ਪੈਂਦੀ ਰੋਜ਼ ਸ਼ਾਸਤਰ ਨਹੀਂ ਪੜ੍ਹਨਾ ਪੈਂਦਾ ਰੋਜ਼ ਸਿਮਰਤੀ ਨਹੀਂ ਪੜ੍ਹਨੀ ਪੈਂਦੀ ਰੋਜ਼ ਉਹਨਾਂ ਨੂੰ ਗ੍ਰੰਥ ਨਹੀਂ ਪੜ੍ਹਨਾ ਪੈਂਦਾ ਸਾਰੀਆਂ ਵਿਦਿਆ ਉਹਨਾਂ ਦੇ ਅੱਗੇ ਹੱਥ ਜੋੜ ਕੇ ਖੜੀਆਂ ਹੋ ਜਾਂਦੀਆਂ ਜਿੱਥੋਂ ਮਰਜ਼ੀ ਜੋ ਮਰਜ਼ੀ ਪੜ੍ਹ ਲੈ ਤਾਂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦਰਬਾਰ ਦੇ ਵਿੱਚ ਅਕਬਰ ਬਾਦਸ਼ਾਹ ਦਾ ਸੁਨੇਹਾ ਮਹਾਰਾਜ ਮੈਨੂੰ ਆ ਕੇ ਮਿਲੋ ਤੁਸੀਂ ਇੱਕ ਗ੍ਰੰਥ ਰਚਿਆ ਤੇ ਮੈਂ ਉਹ ਗ੍ਰੰਥ ਦੀ ਜਾਣਕਾਰੀ ਤੁਹਾਡੇ ਕੋਲ ਲੈਣੀ ਮੈਨੂੰ ਸ਼ਿਕਾਇਤ ਪਹੁੰਚ ਗਈ ਹੈ ਤੁਹਾਡੀ ਆ ਤੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਭਾਈ ਜੇਠਾ ਜੀ ਨੂੰ ਭੇਜਿਆ ਕਹਿਣ ਲੱਗੇ ਭਾਈ ਜੇਠਾ ਜੀ ਜਾਓ ਬਾਦਸ਼ਾਹ ਜੋ ਪੁੱਛੇਗਾ ਜਾ ਕੇ ਜਵਾਬ ਦੇ ਭਾਈ ਜੇਠਾ ਜੀ ਨੇ ਹੱਥ ਜੋੜੇ ਕਹਿਣ ਲੱਗੇ ਮਹਾਰਾਜ ਮੈਨੂੰ ਕੋਈ ਬੁਰਾ ਇਹਦਾ ਨਹੀਂ ਆਉਂਦਾ ਮੈਨੂੰ ਵੀ ਅੱਖਰ ਹੀ ਕੋਈ ਨਹੀਂ ਆਉਂਦਾ ਨਾ ਮੈਂ ਪੜ੍ਹਿਆ ਨਾ ਮੈਂ ਪੜ੍ਹਾਈ ਕੀਤੀ ਹੈ ਮੈਨੂੰ ਤੇ ਤੁਹਾਡੇ ਕੋਲੋਂ ਨਾਮ ਦੀ ਦਾਤ ਮਿਲੀ ਹੈ ਮੈਂ ਤੇ ਬਸ ਇਹਦੀ ਅੱਖਰ ਹੀ ਜਾਣਦਾ ਨਾਮ ਨੂੰ ਜਪਣਾ ਨਾਮ ਦੀ ਕਮਾਈ ਦਾ ਹੁੰਦਾ ਇਹਦੇ ਤੋਂ ਬਿਨਾਂ ਮਹਾਰਾਜ ਨਾ ਸੰਸਾਰੀ ਗੱਲ ਦਾ ਉਹਦਾ ਪਤਾ ਤੇ ਨਾ ਕਰਤਾ ਹੁਣ ਬਾਦਸ਼ਾਹ ਦੀ ਸਭਾ ਵਿੱਚ ਜਾਣਾ ਉੱਥੇ ਬੜੇ ਬੜੇ ਵੱਡੇ ਵਕੀਲ ਬੈਠੇ ਹੋਣਗੇ ਡਿਗਰੀਆਂ ਕੀਤੀਆਂ ਹੋਈਆਂ ਪੜ੍ਹਾਈਆਂ ਕੀਤੀਆਂ ਹੋਈਆਂ ਵੇਦ ਸ਼ਾਸਤਰ ਉਹਨਾਂ ਨੇ ਪੜ੍ਹੇ ਹੋਣਗੇ ਕੁਰਾਨ ਕੁਰਾਨ ਪੜ੍ਹੇ ਨੇ ਐਸੇ ਬੰਦਿਆਂ ਨਾਲ ਗੱਲ ਕਰਨ ਵਾਸਤੇ ਬੰਦਾ ਤੇ ਗਿਆਨੀ ਚਾਹੀਦਾ ਮਹਾਰਾਜ ਮੈਂ ਤੇ ਪੜ੍ਹਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਜਦੋਂ ਤੁਸੀਂ ਬਾਦਸ਼ਾਹ ਦੇ ਦਰਬਾਰ ਵਿੱਚ ਜਾਓਗੇ ਨਾ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਯਾਦ ਕਰਿਓ ਵਿਦਿਆ ਤੁਹਾਡੇ ਸਾਰੀ ਸ੍ਰਿਸ਼ਟੀ ਦੀ ਵਿਦਿਆ ਤੁਹਾਡੇ ਅੱਗੇ ਹੱਥ ਜੋੜ ਕੇ ਖੜ ਜਾਏ ਤੁਹਾਨੂੰ ਨਾ ਗ੍ਰੰਥ ਪੜ੍ਹਨ ਦੀ ਲੋੜ ਹੈ ਨਾ ਯਾਦ ਕਰਨ ਦੀ ਲੋੜ ਹੈ ਸਾਰੀਆਂ ਵਿਦਿਆ ਤੁਹਾਡੇ ਸਾਹਮਣੇ ਹੱਥ ਜੋੜ ਕੇ ਖੜ ਜਾਣਗੇ ਜੋ ਮਰਜ਼ੀ ਸੁਣਾਈ ਦਾ ਕਹਿਣ ਲੱਗੇ ਜੀ ਠੀਕ ਹੈ ਨਮਸਕਾਰ ਕੀਤਾ ਪਤਾ ਟੇਕਿਆ ਆਗਿਆ ਲਈ ਪਹੁੰਚ ਗਿਆ ਅਕਬਰ ਦੇ ਦਰਬਾਰ ਅਕਬਰ ਦੇ ਕੋਲ ਬੈਠੇ ਹੋਏ ਕਾਜੀ ਗੁਰਾਨੇ ਪੰਡਤ ਵਿਦਵਾਨ ਬੜੇ ਬੜੇ ਸਿਆਣੇ ਬੜੇ ਬੜੇ ਮਹਿੰਗੇ ਤੇ ਔਖੇ ਸਵਾਲ ਕੀਤੇ ਉਹਨਾਂ ਇਹ ਗੁਰੂ ਘਰ ਦਾ ਮਿਲਦਾ ਆਇਆ ਖਾਲਗੀ ਆਪਣੇ ਜਾਲ ਦੇ ਵਿੱਚ ਉਠਾ ਕਰ ਦਈਏ ਜਦੋਂ ਸਵਾਲ ਕੀਤੇ ਤੇ ਭਾਈ ਜੇਠਾ ਜੀ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਯਾਦ ਕਰਕੇ ਤੇ ਜਦੋਂ ਕਹਿਣ ਲੱਗੇ ਆਪਣੇ ਵੇਖਿਆ ਸੱਜੇ ਤੇ ਖੱਬੇ ਪਾਸੇ ਇੱਕ ਪਾਸੇ ਨਦੀਆਂ ਸਿਲੀਆਂ ਖਲੋਤੀਆਂ ਹੋਈਆਂ ਬਾਹਰ ਦੀ ਘਰ ਦਾਹਿਨ ਹੈ ਸਿੱਧ ਸਨਮੁਖ ਮੁੱਖ ਜੂਵੈ ਰਿਹਾ ਬਸਿਆ ਬਾਵਾਂ ਜੋ ਤੀਨ ਲੋਕਾਂ ਦਾ ਮੂੰਹ ਹੈ ਗੁਰਬਾਣੀ ਦੇ ਬਚਨ ਇੱਕ ਪਾਸੇ ਨਦੀਆਂ ਇਸਤਰੀਆਂ ਤੇ ਸ਼ਕਤੀਆਂ ਖਲੋਤੀਆਂ ਹੋਈਆਂ ਦੂਜੇ ਪਾਸੇ ਦੇਖਿਆ ਸਾਰੀਆਂ ਵਿਦਿਆ ਸਾਰੇ ਗ੍ਰੰਥ ਉਹਨਾਂ ਗ੍ਰੰਥਾਂ ਦਾ ਗਿਆਨ ਹੱਥ ਜੋੜ ਕੇ ਖਲੋਤਾ ਹੋਇਆ ਭਾਈ ਜੇਠਾ ਜੀ ਸਾਡੀ ਵਕਤੋਂ ਪੰਡਿਤ ਕਾਜੀ ਮੁਲਾਣੇ ਵਿਦਵਾਨ ਸਵਾਲ ਕਰਦੇ ਉਹਨਾਂ ਦੇ ਸਵਾਲਾਂ ਦੇ ਇਹੋ ਜਿਹੇ ਜਵਾਬ ਭਰ ਕਰਕੇ ਦਿੱਤੇ ਗ੍ਰੰਥਾਂ ਨੂੰ ਪੜ੍ਹਨ ਵਾਲੇ ਸਮਝਣ ਵਾਲੇ ਜਾਣਨ ਵਾਲੇ ਹੈਰਾਨ ਹੋ ਗਏ ਇਹੋ ਜਿਹੇ ਸਲੋਕ ਤੇ ਅਸੀਂ ਨਹੀਂ ਪੜ੍ਹ ਸਕੇ ਇਹੋ ਜਿਹੇ ਅਰਥ ਤੇ ਅਸੀਂ ਨਹੀਂ ਕਰ ਸਕਦੇ ਇਹ ਹੈ ਜਿਹਨਾਂ ਨੂੰ ਦਾਤ ਪ੍ਰਾਪਤ ਹੋਈ ਨਾਮ ਜਪਣ ਵਾਲਿਆਂ ਨੂੰ ਗ੍ਰੰਥਾਂ ਦੀ ਗਿਆਨ ਰੱਖਣ ਦੀ ਲੋੜ ਨਹੀਂ ਪੈਂਦੀ ਗ੍ਰੰਥ ਉਹਨਾਂ ਦੇ ਅੱਗੇ ਆਪਣੇ ਹੱਥ ਜੋੜ ਕੇ ਆਪਣੇ ਆਪ ਖੜ ਜਾਂਦੇ ਦੁਨੀਆਂ ਦੀ ਵਿਦਿਆ ਰੋਜ਼ ਨਵੀਂ ਕਰਨੀ ਪੈਂਦੀ ਹੈ ਪੜ੍ਹ ਪੜ੍ਹ ਕੇ ਕਿਤੇ ਭੁੱਲ ਨਾ ਜਾਵਾਂ ਵੱਡੇ ਤੋਂ ਵੱਡਾ ਕਾਨੂੰਨ ਵੱਡੇ ਤੋਂ ਵੱਡਾ ਮਹਾਨ ਵਿਅਕਤੀ ਵੀ ਵਾਰ ਵਾਰ ਪੜ੍ਹਦਾ ਹੈ
जपन वाले लोड़ नहीं पैंती। साढ़े सामने इतिहास आ जाता भाई चंदू जी वाली दसाखियां बेअंत ने समा सीमित होंगे कोल किसी मास्टर कोल किसी अध्यापक कोल किसी पाते कोल किसी काजी कोल किसी धार्मिक कागू को पढ़न थोड़ी गया है छजू चौ पता भी नहीं ग्रंथ खोली का कि ग्रंथ हों की है यही नहीं पता जिस वेले बख्शिश हुई सारिया विद्यास जोड़ के अगे खड़िया हो गई महाराज क्या कहते भाई ये गुरमुखा दियाँ दातां ने गुरमुखा मिलिया दोए दोए लोचन देखा उन्होंने कोल सुरती का नेत्र है ध्यान का जिन्हों का ध्यान टेक गया उन्होंने गुरु को सुमृति का भी नेत्र है भाव के ग्रंथ का भी उन्होंने को ज्ञान है ना पढ़न की लड़ है सब कुछ जवाकी याद ऐसे ग्रंथ ऐसा विद्या उन्होंने दासियां बन जाती हैं कह लगे भाई गुरु को ये साढ़े को दो नेत्र गुरु कृपा न प्राप्त सब खलक तमाशे आई खलकत है ना दुनिया
तमाशा रूप दुनिया जी सारी प्रगट हो गई जो आख्या ना ओहकार सारी हरकत पैदा हो गई सारे तमाशे दुनिया के तमाशगीर दुनिया के लोग पैदा हो गए ऐसा बख्शिशा प्राप्त हो गई। सो कह लगे डंक जी ना डगा नगारे के उपर मारिया डा टोपरे उपर मारिया डा कह लगे परमात्मा ने आख्या ओहम जो ओहम का उच्चारण किया सारी दुनिया बन गई जो परमात्मा ने चाहिया उदो सारी दुनिया को अपने में लय कर लिया समा लिया जब उद तरक करा करतारा परजा तरक तब देह अपार जब या करत कर तो हूं तब हूं तुम मैं मिलत देह धर सब हूं जो तू चाहना दुनिया का पसारा बना दिता जो तू चाहना दुनिया को पटी करके अपने में समेट लेता है। बाजीगर स्वांग स्केला कह लगे वो जो बाजीगर परमात्मा है कह लगे भाई उस परमात्मा ने यह दुनिया का स्वांग रचा स्वांग रच के दुनिया बनाई है स्केला की फिर कट्ठा करने वाला भी आप है दुनिया बनाने वाला भी आप है दुनिया फैलाने वाला भी आप है जन्म भी आप देने वाला है मौत भी आप देने वाला है मारे राखा कि तू आप मांगो कह पिछना ही हर ऐसा वो परमात्मा है ये दुनिया के स्वांग बनाने वाला दुनिया के भेस बनाने वाला लिबास बनाने वाला बहुत रुपया बनने वाला भी आप है ये दुनिया को कट्ठा करके अपने में लैदा करने वाला संभालने वाला भी आप है। अपने रंग रवे अकेला अपने रंग में रंग में कला ही बन होया रहता बस होया रहता ऐसा वो निरंकार है। कथनी कहे परम ना जाई दुनिया की कथनियां करके दुनिया की गल्लां सारा दिन करते रहो जुबान थक जाएगी मुंह थक जाएगा पर पग नहीं जाएगा दुनिया की कथनियां कसदिया होया पता नहीं किन्नी कु दुनिया चलेगी है काथ काथ कथी कोटी कोट कोट करोड़ा ही करोड़ा करोड़ा ही करोड़ा कथन करते तुर गए चले गए सब कथ कथ रही रुकाई रुकाई तो भाग लोग दुनिया के पता नहीं किन्ने कु कथन करते चले गए किन्ने कु करते पर जी दुनिया दिया गल करते कथन किया नहीं जा सकता है। सब कथ कथ रही लुकाई जाको गुरमुख आप बुझाई प्राप्ति उन्होंने हुई है जिन्हें मूर्खा सतगुरां ने सोझी दे के आप बुझाई की ये ज्ञान दिता आप सोझी दिखी बख्शिश की उन्होंने प्राप्ति हुई है। प्राप्ति हुई है कह लगे उन्होंने गुरमुखा के हृदय में परमात्मा समाया ठीक होया हो लस्सी का एक निका जा दाना ही चाहिए मूंग ही चाहिए है एक मूंग के नाल ही काम हो जाता है पूरे का पूरा भरिया भरिया होया कम नहीं बन जाए ये नहीं है भी जिन्ना दुध है उन्नी जाग चाहती नहीं जाग के बाद सिर्फ दूध ही चाहिए लकड़ा का ढेर तो बड़ा वाला है पर उन्होंने साड़न वास्ते उन्नी वी अग नहीं चाहिए अगदा के विड़ा ही बड़ा सतगुरु पातशाह कह लगे परमात्मा एक नाम का किनका ही दे दे बस ये जय जयकार है। महाराज कह लगे गुरु किंचित कृपा की तो गुरु पातशाह भी बख्शिश करते भावे थोड़ी करते थोड़ी बख्शिश बहुत बड़ी है। सब तन मन देह हर लीनी ये सारा तन मन ते देह ये देह के परमात्मा नु लिया है टेंशन सो पाई है नहीं ढोल मन दे राम लिया है असि अपना मन तन धन सारा कुछ गुरु नु सौंप के ते परमात्मा नु पाया है। गुरु किंचन कृपा कीनी सब तन मन देह हर ले जिन्होंने सब कुछ दिता उन्होंने परमात्मा नु लै लिया प्राप्त कर लिया है। कबीर रंग राता सब जी कह लगे भाई जेडे ओदे रंग दे विच आनंद दे विच प्रेम दे विच रस दे विच लगे हुए ने ओदे नाम नु जपदे पै हना मिलियो जग जीवन दाता उन्होंने जग नु जीवन देने वाला जेड़ा परमात्मा ओ मिलिया जग नु जीवन दिंदा उसनों क्या कहता है जग जीवन
जग तो भाव संसार जीवन देने वाला जरा संसार में जीवन देता उस क्या कहता है जग जीवन महाराज कह लगे मिले हो उन्होंने मिल गया है जगत को जीवन देने वाला दाता कि मिलया है महाराज कह लगे भाई जिन्होंने कहो कबीर रंग राता जिड़े वो रंग में रंगे आनंद रंगे उन्होंने प्राप्ति समय की समाप्ति पूरा नहीं हुआ बचपन उपदेश गुरु का हृदय।